ਥੋੜੇ ਟਾਈਮ ਪਹਿਲੇ ਤੁਹਾਡੀ ਧਰਮ ਪਤਨੀ ਦਾ ਦੇਹਾਂਤ ਹੋਇਆ ਹੈ। ਜੀਵਨ ਸਾਥੀ ਦਾ ਆਪਣੀ ਜ਼ਿੰਦਗੀ 'ਚ ਚੱਲ ਜਾਣਾ ਕਿੰਨਾ ਕੁ ਅੰਦਰੋਂ ਖੋਖਲਾ ਕਰ ਦਿੰਦਾ ਹੈ। ਤੁਸੀਂ ਇਹ ਜੰਗਲਾਂ ਨਾ ਛੱਡੋ ਮੈਨੂੰ, ਕਿਉਂਕਿ ਇਹ ਮੇਰਾ ਜਿਹੜਾ ਜ਼ਖਮ ਅਤੇ ਖਰੀਂਡਾ ਹੈ ਉਹ ਚੜਦਾ ਹੁਣ। ਕੋਈ ਅਜਿਹਾ ਗੀਤਕਾਰ ਜਿਹੜਾ ਗੀਤਕਾਰੀ ਤੋਂ ਵੱਧ ਕੇ ਹੋ ਜਾਵੇ, ਜਿਸ ਦੇ ਗੀਤ ਮੰਜਿਆਂ ਨਾਲ ਜੋੜੇ ਸਪੀਕਰਾਂ ਦੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਵੀ ਡੀਜਿਆਂ 'ਤੇ ਵੱਜਣ, ਅਜਿਹੀ ਸ਼ੌਹਰਤ, ਅਜਿਹੀ ਸ਼ਾਨ, ਅਜਿਹਾ ਮਾਣ ਅਤੇ ਐਸੀਆਂ ਸ਼ਾਹੀਆਂ ਕਿਸੇ ਕਿਸੇ ਨੂੰ ਹੀ ਮਿਲਦੀਆਂ ਨੇ। ਅਤੇ ਸਦੀ ਦੇ ਉਸ ਮਹਾਨ ਗੀਤਕਾਰ ਦੇਵ ਥਰੀਕੇ ਵਾਲੇ ਨਾਲ ਤੁਹਾਨੂੰ ਸਭ ਨੂੰ ਮੁਖਾਤਿਬ ਕਰਾਉਣ ਲਈ ਅਸੀਂ ਅੱਜ ਚੱਲ ਪਏ ਹਾਂ ਲੁਧਿਆਣੇ ਸ਼ਹਿਰ ਦੀ ਬੁੱਕਲ 'ਚ ਵੱਸਦੇ ਪਿੰਡ ਥਰੀਕੇ ਵੱਲ ਨੂੰ। ਹਰਦੇਵ ਦਲਗੀਰ, ਜਿਸ ਨੂੰ ਸਾਰੀ ਦੁਨੀਆ ਦੇਵ ਤਰੀਕਿਆਂ ਵਾਲੇ ਨਾਂ ਨਾਲ ਚੇਤੇ ਕਰਦੀ ਹੈ ਔਰ ਰਹਿੰਦੀ ਦੁਨੀਆ ਤੱਕ ਚੇਤੇ ਕਰੇਗੀ, ਮੇਰਾ ਸੁਭਾਗ ਹੈ ਕਿ ਪਿਛਲੇ ਲਗਭਗ 40 ਸਾਲ ਦਾ ਸਫ਼ਰ ਅਸੀਂ ਇਕੱਠਿਆਂ ਬਹੁਤ ਖੂਬਸੂਰਤ ਅੰਦਾਜ਼ 'ਚ, ਐਂ ਜਿਵੇਂ ਫੁੱਲ ਦੇ ਰੰਗ ਹੁੰਦੇ ਨੇ, ਖੁਸ਼ਬੋਈ ਹੁੰਦੀ, ਇਸ ਤਰ੍ਹਾਂ ਨਾਲ ਇੱਕ ਦੂਸਰੇ ਨਾਲ ਤੁਰਦਿਆਂ ਵਿਚਰਦਿਆਂ ਅਸੀਂ ਕੀਤਾ ਹੈ। ਇਹ ਵੀ ਗੱਲ ਲੁਕੀ ਛਿਪੀ ਨਹੀਂ ਕਿ ਮੇਰੇ ਬਚਪਨ ਵੇਲੇ ਜਦੋਂ ਕਦੇ ਮੈਨੂੰ ਪਹਿਲਾ ਨਾਮ ਜ਼ਿੰਦਗੀ 'ਚ ਮਿਲਿਆ ਸੀ ਤਾਂ ਉਹ ਹਰਦੇਵ ਦਲਗੀਰ ਦਾ ਗੀਤ ਸੁਣਾ ਕੇ ਮਿਲਿਆ ਸੀ, ਔਰ ਗੀਤ ਇਹ ਸੀ ਕਿ ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨਹੀਂ ਉੱਠ ਵੇਖ ਨਲਾਨੇ ਕੌਣ ਪਰਾਉਣਾ ਹੈ। ਤੁਰਦਿਆਂ ਤੁਰਦਿਆਂ ਜਦੋਂ ਮੈਂ 1971 'ਚ ਲੁਧਿਆਣੇ ਆ ਗਿਆ ਤਾਂ ਇਹ ਪਤਾ ਲੱਗਿਆ ਕਿ ਥਰੀਕੇ ਪਿੰਡ ਤਾਂ ਬਿਲਕੁਲ ਲੁਧਿਆਣੇ ਦੀ ਬੁੱਕਲ 'ਚ ਹੈ। ਅਤੇ ਇੱਕ ਦਿਨ ਸ਼ਾਮ ਨੂੰ ਅਸੀਂ ਬੈਠੇ ਸਾਂ ਤਾਂ ਉਹਨੇ ਦਿਨੀ ਹਰਦੇਵ ਦਲਗੀਰ ਦੀ ਲਿਖੀ ਹੋਈ ਲੋਕ ਗਾਥਾਵਾਂ ਦੀ ਪਹਿਲੀ ਐਲਬਮ ਜਿਹੜੀ ਸੀ ਉਹ ਕੁਲਦੀਪ ਮਾਣਕ ਦੀ ਆਵਾਜ਼ 'ਚ ਬ੍ਰੌਡਕਾਸਟ ਹੋਈ ਸੀ, ਟੈਲੀਕਾਸਟ ਹੋਈ ਸੀ, ਔਰ ਉਹਦਾ LP ਰਿਕਾਰਡ ਆਇਆ ਸੀ। ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਬੈਠੇ ਸਾਂ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਕੋਲ, ਅਤੇ ਪਾਤਰ ਸਾਹਿਬ ਕਹਿਣ ਲੱਗੇ ਚਲੋ ਆਪਾਂ ਜੁਆਇਨ ਕਰੀਏ, ਦੋਵੇਂ ਜਣੇ ਆਪਾਂ ਦੇਵ ਦੇ ਘਰ ਜਾ ਕੇ ਆਈਏ। ਅਸੀਂ ਸਕੂਟਰ, ਮੈਨੂੰ ਯਾਦ ਹੈ ਉਹਦਾ ਨੰਬਰ ਹੁੰਦਾ ਸੀ ਸ਼ਾਇਦ PUL 4130 4130, ਇਸ ਕਰਕੇ ਸੀ ਵੀ ਉਹ 41 ਅਤੇ 30 ਲਿਖਿਆ ਹੋਇਆ, ਇੰਝ ਲੱਗਦਾ ਜਿਵੇਂ ਪਾਤਰ ਲਿਖਿਆ ਹੁੰਦਾ। ਅਸੀਂ ਉਹ ਸਕੂਟਰ 'ਤੇ ਸਵਾਰ ਹੋ ਕੇ, ਚੇਤਕ ਸਕੂਟਰ ਸੀ, ਅਤੇ ਅਸੀਂ ਥਰੀਕੇ ਜਦੋਂ ਗਏ ਪਹੁੰਚੇ ਤਾਂ ਜਾਂਦਿਆਂ ਨੂੰ ਦੇਵ ਹੋਰੀ ਘਰ ਹੈ ਨਹੀਂ ਸੀ, ਅਤੇ ਸਰਦਾਰਨੀ ਦੇਵ ਭੈਣ ਸਾਡੀ ਪ੍ਰੀਤਮ ਕੌਰ ਸਾਨੂੰ ਭਾਵੇਂ ਸਦੀਵ ਵਿਛੋੜਾ ਦੇ ਗਈ, ਉਹਦੀ ਮੈਨੂੰ ਜੈਸਚਰ ਨਹੀਂ ਭੁੱਲਦਾ, ਉਹ ਕਹਿੰਦੇ ਚਾਹ ਪੀਤੇ ਬਿਨਾਂ ਮੈਂ ਤਾਂ ਜਾਣ ਨਹੀਂ ਦੇਣਾ, ਅਤੇ ਅਸੀਂ ਕਿਹਾ ਸੀ ਉਹਨਾਂ ਦੇ ਰਿਕਾਰਡ ਵੇਖਣਾ ਚਾਹੁੰਦੇ ਹਾਂ, ਉਹ ਕਹਿੰਦੇ ਉਹਦੇ ਪੇਟੀ 'ਚ ਰੱਖੇ ਹੋਏ ਆ, ਉਹਨਾਂ ਨੇ ਰਜਾਈਆਂ ਦੀਆਂ ਤਹਿਾਂ ਦੇ ਵਿੱਚੋਂ ਰਿਕਾਰਡ ਕੱਢ ਕੇ ਦੇਵ ਦੇ ਪੂਰਾ ਮੈਨੂੰ ਯਾਦ ਹੈ ਡਬਲ ਬੈੱਡ ਸਾਰਾ ਭਰ ਦਿੱਤਾ, ਅਤੇ ਕਹਿੰਦੇ ਲਓ ਵੀਰ ਵੇਖ ਲਵੋ ਮੇਰੇ ਘਰ ਵਾਲੇ ਦੀ ਇਹੀ ਕਮਾਈ ਹੈ, ਅਤੇ ਇਹਦੇ ਕਰਕੇ ਹੀ ਸਾਨੂੰ ਆਦਰਮਾਨ ਸੋਸਾਇਟੀ 'ਚੋਂ ਮਿਲਿਆ। ਲੁਧਿਆਣੇ ਸ਼ਹਿਰ ਦੀ ਵੱਧਦੀ ਆਬਾਦੀ ਅਤੇ ਤਰੱਕੀ ਨੇ ਹੋਰਨਾਂ ਪਿੰਡਾਂ ਵਾਂਗ ਪਿੰਡ ਥਰੀਕੇ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਪਿੰਡ ਦੇ ਮੁਹਾਂਦਰੇ ਰਸਤਿਆਂ ਦੇ ਨਾਲ ਨਾਲ ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਵੀ ਸ਼ਹਿਰੀ ਰੰਗ ਵਿੱਚ ਰੰਗਿਆ ਜਾ ਚੁੱਕਿਆ ਹੈ। ਪਰ ਇਸ ਪਿੰਡ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨ ਵਾਲੇ ਗੀਤਕਾਰੀ ਦੇ ਬਾਬਾ ਬੋਲ ਦੇਵ ਥਰੀਕੇ ਵਾਲੇ ਅੱਜ ਵੀ ਆਪਣੇ ਪਿੰਡ ਵਾਲੇ ਘਰ ਵਿੱਚ ਰਹਿ ਕੇ ਸਾਦਗੀ ਭਰੀ ਜ਼ਿੰਦਗੀ ਨੂੰ ਹੰਢਾ ਰਹੇ ਹਨ। ਲੋਕ ਗੀਤ ਕਿਸੇ ਕੌਮ, ਸੱਭਿਆਚਾਰ, ਲੋਕਧਾਰਾ ਦੀ ਜਿੰਦ ਜਾਨ ਹੁੰਦੇ ਨੇ। ਪੀੜ੍ਹੀ ਦਰ ਪੀੜ੍ਹੀ ਚੱਲੇ ਆਉਂਦੇ ਇਹਨਾਂ ਗੀਤਾਂ ਅੰਦਰ ਸਾਡੇ ਸੱਭਿਆਚਾਰ, ਰੀਤੀ ਰਿਵਾਜ਼ਾਂ ਅਤੇ ਰਿਸ਼ਤਿਆਂ ਦੀ ਅਸਲ ਤਸਵੀਰ ਮੌਜੂਦ ਹੁੰਦੀ ਹੈ। ਜਦੋਂ ਕਿਸੇ ਗੀਤਕਾਰ ਦੇ ਗੀਤ ਲੋਕਾਂ ਨੂੰ ਆਪਣੇ ਲੱਗਣ ਲੱਗ ਜਾਣ ਤਾਂ ਇੱਕ ਤਰ੍ਹਾਂ ਨਾਲ ਲੋਕ ਗੀਤਾਂ ਦਾ ਹੀ ਦਰਜਾ ਪ੍ਰਾਪਤ ਕਰ ਲੈਂਦੇ ਨੇ। ਸਾਂਝੇ ਪੰਜਾਬ 'ਚ 9 ਸਤੰਬਰ 1939 ਨੂੰ ਪਿੰਡ ਥਰੀਕੇ 'ਚ ਪਹਿਲੀ ਕਿਲਕਾਰੀ ਮਾਰਨ ਵਾਲੇ ਦੇਵ ਥਰੀਕੇ ਵਾਲੇ ਦਾ ਉਂਝ ਤਾਂ ਮਾਪਿਆਂ ਨੇ ਨਾਮ ਹਰਦੇਵ ਸਿੰਘ ਦਿਲਗੀਰ ਰੱਖਿਆ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਮਾਂ ਅਮਰ ਕੌਰ ਦੀ ਕੁੱਖੋਂ ਜਾਇਆ ਹਰਦੇਵ ਸਿੰਘ ਦਿਲਗੀਰ ਪੰਜਾਬੀ ਗੀਤਕਾਰੀ ਦੇ ਅੰਬਰ 'ਤੇ ਦੇਵ ਥਰੀਕੇ ਵਾਲੇ ਦੇ ਨਾਮ ਨਾਲ ਧਰੂ ਤਾਰੇ ਵਾਂਗ ਚਮਕੇਗਾ। ਉਮਰ ਦੇ 73 ਵਰੇ ਹੰਡਾ ਚੁੱਕੇ ਦੇਵ ਹੁਣਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਬੀਤਿਆ ਹੋਇਆ ਹਰ ਪਹਿਲੂ ਖੂਬ ਹੋ ਯਾਦ ਹੈ।
ਗੱਲਾਂ ਬਾਤਾਂ ਦਾ ਦੌਰ ਸ਼ੁਰੂ ਹੋਇਆ ਤਾਂ ਦੇਵ ਹੁਨਾ ਨੇ ਗੀਤਕਾਰੀ ਦੇ ਆਪਣੇ ਸਫ਼ਰ ਬਾਰੇ, ਕੁਲਦੀਪ ਮਾਨਕ ਨਾਲ ਲੱਗੀ ਯਾਰੀ ਬਾਰੇ ਖੁੱਲ੍ਹ ਕੇ ਗੱਲਾਂ ਸਾਂਝੀਆਂ ਕੀਤੀਆਂ। ਸਰਕਾਰੀ ਸਕੂਲ ਅਧਿਆਪਕ ਦੇ ਤੌਰ 'ਤੇ ਸੇਵਾਵਾਂ ਦੇਣ ਦੇ ਨਾਲ ਨਾਲ ਦੇਵ ਹੁਨਾ ਨੇ ਬਾਲ ਪੁਸਤਕਾਂ ਵੀ ਪਾਠਕਾਂ ਦੀ ਝੋਲੀ ਪਾਈਆਂ। ਘਰ ਵਿੱਚ ਸੁੱਖ ਸਹੂਲਤ ਦੀ ਹਰ ਸ਼ੈ ਹੋਣ ਦੇ ਬਾਵਜੂਦ ਦੇਵ ਹੁਨਾ ਨੇ ਪਿੰਡ ਤਰੀਕੇ ਤੋਂ ਸਕੂਲ 'ਤੇ ਸ਼ਹਿਰ ਲੁਧਿਆਣਾ ਦਾ ਪੈਂਡਾ ਸਾਈਕਲ 'ਤੇ ਕੱਢਿਆ। ਜਿਹੜਾ ਮੈਂ ਪਹਿਲਾਂ ਗੀਤ ਲਿਖਿਆ ਉਦੋਂ ਮੈਂ ਸਕੂਲ ਦੇ ਵਿੱਚ ਅੱਠਵੀਂ ਜਮਾਤ ਪੜ੍ਹਦਾ ਸੀਗਾ, ਲੜਤੋਂ ਮਿਡਲ ਸਕੂਲ ਦੇ ਵਿੱਚ। ਇੱਥੋਂ ਮੇਰੇ ਪਿੰਡ ਨੂੰ ਲੜਤੋਂ ਪਿੰਡ ਕੋਈ ਹੈਗਾ 3 ਕਿਲੋਮੀਟਰ 'ਤੇ, ਉੱਥੇ ਪੜ੍ਹਦਾ ਸੀ। ਉੱਥੇ ਮੈਨੂੰ ਗਿਆਰੀ ਹਰੀ ਸਿੰਘ ਦਲਵਰ ਪੜ੍ਹਾਉਂਦੇ ਸੀ ਅਤੇ ਉਹ ਲੇਖਕ ਸੀਗੇ ਆਪ। ਉਹਨਾਂ ਨੇ ਕਈ ਕਿਤਾਬਾਂ ਕਹਾਣੀਆਂ ਦੇ ਲਿਖੀਆਂ, ਨਾਵਲ ਲਿਖੇ, ਬੱਚਿਆਂ ਵਾਲੇ ਗੀਤ ਲਿਖਦੇ ਸੀ। ਉਹ ਮੇਰੇ ਜਿਹੇ 'ਚ ਉਹਨਾਂ ਨੂੰ ਦੇਖ ਕੇ ਆ ਗਿਆ ਵੀ ਮੈਂ ਵੀ ਕੁਛ ਲਿਖਿਆ ਕਰਾਂ। ਮੈਂ ਬਾਲ ਦਰਬਾਰ ਦੇ ਵਿੱਚ ਵੀ ਬੋਲਣ ਲੱਗ ਗਿਆ ਸੀ ਫਿਰ ਉੱਥੇ। ਉਹ ਪਹਿਲਾ ਗੀਤ ਮੈਂ ਲਿਖਿਆ ਚੱਕ ਪੈਣੇ ਵਾਸਤਾ ਸਕੂਲੇ ਚੱਲੀਏ, ਅਤੇ ਉਹ ਗੀਤ ਮੈਂ ਗਿਆਨੀ ਜੀ ਨੂੰ ਸੁਣਾਇਆ। ਸਾਡੇ ਪੰਜਾਬੀ ਦੇ ਟੀਚਰ ਸੀ ਉਹ, ਅਤੇ ਉਹਨਾਂ ਨੇ ਪਸੰਦ ਕੀਤਾ, ਉਹਨੇ ਸੋਧਤਾ, ਸੋਧ ਕੇ ਹਰਦੇਵ ਸਿੰਘ ਦੇ ਨਾਂ 'ਤੇ ਲਿਖ ਕੇ ਉੱਪਰ। ਬਾਲ ਦਰਬਾਰ ਮੈਗਜ਼ੀਨ ਨਿਕਲਦਾ ਸੀ ਲੁਧਿਆਣੇ ਲਾਹੌਰ ਵਰਕਸ਼ਾਪ ਵਾਲਿਆਂ ਦਾ, ਉੱਥੇ ਛਪਣਾ ਭੇਜਤਾ। ਉਹ ਦੂਏ ਮਹੀਨੇ ਛਪ ਕੇ ਆ ਗਿਆ। ਮੈਂ ਬੜਾ ਖੁਸ਼ ਹੋਇਆ ਵੀ ਮੈਂ ਕੁਛ ਬਣ ਗਿਆ। ਮੈਨੂੰ ਖੁਸ਼ੀ ਬਹੁਤ ਹੋਈ ਇਸ ਗੱਲ ਦੀ ਵੀ ਮੇਰਾ ਗੀਤ ਛਪ ਗਿਆ, ਸਾਰੇ ਸਕੂਲ 'ਚ ਪਤਾ ਲੱਗ ਗਿਆ। ਅਤੇ ਮੈਂ ਉਹ ਮੈਗਜ਼ੀਨ ਸਕੂਲੋਂ ਲੈ ਕੇ ਆਪਣੇ ਮਾਪਿਆਂ ਨੂੰ ਦਿਖਾਇਆ ਪਿੰਡ ਆ ਕੇ। ਇਹਨਾਂ ਨੂੰ ਪਤਾ ਨਾ ਵੀ ਹੈ ਕੀ ਗੱਲ, ਵੀ ਇਹ ਗੀਤ ਕੀ ਹੈ, ਕੀ ਕੀਤਾ ਹੋਇਆ ਨੇ। ਮੈਨੂੰ ਕਹਿੰਦੇ ਹੈ ਕਿ ਮੈਂ ਗੀਤ ਲਿਖਿਆ ਮੇਰਾ ਵੀ ਛਪ ਗਿਆ ਇਹਦੇ ਵਿੱਚ। ਉਹ ਕਹਿੰਦੇ ਤੁਸੀਂ ਕਿਤੋਂ ਤੂੰ ਕਿਤੇ ਲਿਖਣ ਜਾਣਾ ਤਾਂ ਤੈਨੂੰ ਪਤਾ ਨਹੀਂ ਬਾਹਰ ਤਾਂ। ਮੈਂ ਨਹੀਂ, ਗਿਆਨੀ ਜੀ ਨੂੰ ਜਾ ਕੇ ਪੁੱਛਿਓ ਵੀ ਮੈਨੂੰ, ਮੈਂ ਲਿਖਿਆ ਸੀ, ਉਹਨਾਂ ਨੇ ਜਿਹੜਾ ਮੇਰੇ ਤੋਂ ਸਹੀ ਨਹੀਂ ਸੀ ਉਹ ਠੀਕ ਕਰਕੇ ਸੋਚ ਕੇ ਲਿਖ। ਉਦੋਂ ਬਾਅਦ ਮੈਂ ਬਾਲ ਬੱਚਿਆਂ ਵਾਲੇ ਗੀਤ ਲਿਖਣ ਲੱਗ ਗਿਆ, ਬਾਲ ਦਰਬਾਰ 'ਚ ਬੋਲਣ ਲੱਗ ਗਿਆ। ਉਹ ਮੇਰੀ ਸਟਾਰਟਿੰਗ ਸੀ। ਦਰਅਸਲ ਮੈਂ ਬਚਪਨ ਦੇ ਵਿੱਚ ਨਾ ਜਿਹੜੇ ਕਿੱਸੇ ਗਾਉਂਦੇ ਹੁੰਦੇ ਸੀ ਅਖਾੜਿਆਂ ਵਿੱਚ, ਉਹਨਾਂ ਨੂੰ ਸੁਣਦਾ ਰਿਹਾ ਅਖਾੜਿਆਂ 'ਚ ਬਹਿ ਕੇ। ਮੇਰੇ ਜ਼ਿਹਨ ਦੇ ਵਿੱਚ ਉਸ ਮੌਕੇ ਦੀਆਂ ਗੱਲਾਂ ਬਸੀਆਂ ਹੋਈਆਂ ਨੇ। ਮੈਂ ਬਾਰੇ ਸ਼ਾਹ ਦੀ ਹੀਰ ਹੁਣ ਤੱਕ 10 ਵਾਰੀ ਪੜ੍ਹ ਲਈ ਆ। ਮੈਂ ਹੀਰ ਨੂੰ ਦੇਖਣ ਨਹੀਂ ਗਿਆ, ਨਾ ਮੈਂ ਸੋਹਣੀ ਦੇਖੀ ਆ, ਨਾ ਸੱਸੀ ਦੇਖੀ ਆ, ਨਾ ਸਾਹਿਬਾਂ ਦੇਖਿਆ, ਨਾ ਮਿਰਜ਼ਾ ਦੇਖਿਆ, ਨਾ ਮੈਂ ਆਪਣਾ ਰਾਂਝਾ ਦੇਖਿਆ। ਮੇਰੇ ਜ਼ਿਹਨ 'ਚ ਉਹਨਾਂ ਦੇ ਨਕਸ਼ੇ ਉਕਰੇ ਗਏ, ਮੇਰੇ ਦਿਮਾਗ ਦੇ ਉੱਪਰ ਵਸੇ ਗੱਲਾਂ ਨੇ। ਅਤੇ ਮੈਂ ਕੋਸ਼ਿਸ਼ ਕਰਦਾ ਸੀ ਬਈ ਮੈਨੂੰ ਗਾਉਣ ਵਾਲਾ ਕੋਈ ਟੱਕਰ ਜੇ, ਮੈਂ ਕਿੱਸਾ ਕਾਵਿ ਲਿਖਾਂ, ਕਿਉਂਕਿ ਲੋਕ 20 ਸਾਲ ਦੇ ਟੁੱਟ ਚੁੱਕੇ ਸੀਗੇ। ਜਿਹੜੇ ਅਖਾੜੇ ਦਾ ਉਹ ਗਾਉਣ ਵਾਲੇ, ਅਖਾੜਿਆਂ ਦੇ ਗਾਉਣ ਵਾਲੇ ਸੀ, ਉਹ ਪਿੱਛੇ ਰਹਿ ਗਏ ਸੀ, ਲੋਕ ਸੁਣਦੇ ਨਹੀਂ ਸੀ। ਆਹ ਨਵਾਂ ਜਿਹੜਾ ਚੱਲ ਪਿਆ ਸੀ ਜਮਾਂ ਰਾਜ ਤੋਂ ਬਾਅਦ ਤੂੰਬੀ 'ਤੇ ਗਾਉਣ ਦਾ ਕਿੱਸਾ, ਲੋਕ ਇਹਨੂੰ ਸੁਣਦੇ ਸੀ। ਪਰ ਇਹਦੇ ਵਿੱਚ ਗੀਤਾਂ ਦੇ ਵਿੱਚ ਉਦੋਂ ਵੀ ਮੈਲੇ ਗੀਤ ਆਉਣ ਲੱਗ ਗਏ ਸੀਗੇ। ਬਹੁਤ ਲੋਕ ਇਹੋ ਜਿਹੇ ਆ ਗਏ ਸੀ ਜਿਹੜੇ ਮੈਲੇ ਗੀਤ ਗਾਉਂਦੇ ਸੀਗੇ। ਮੇਰੇ ਦਿਮਾਗ, ਮੈਂ ਵੀ ਲਿਖਿਆ ਕੋਈ ਗੀਤ, ਜਿਹੜੇ ਇੱਕ ਮੇਰਾ ਪਹਿਲਾ ਗੀਤ ਜਿਹੜਾ ਗਾਇਆ ਉਹਨੇ ਆਪਣੇ ਗਾਇਆ ਪ੍ਰੇਮ ਕੁਮਾਰ ਸ਼ਰਮਾ ਨੇ, ਫਿਰ ਬੀਬਾ ਜੀ ਨੇ ਗਾਇਆ, ਸਵਰਲਤਾ ਨੇ ਗਾਇਆ, ਕਰਮਜੀਤ ਤੁਰੀ ਨੇ ਗਾਏ, ਕਰਨੈਲ ਗਿੱਲ ਨੇ ਗਾਏ, ਅਤੇ ਮੈਨੂੰ ਚਾਂਦੀ ਰਾਮ ਹੁਣਾਂ ਨੇ ਗਾਇਆ। ਉਹ ਮੈਂ ਗੀਤ ਲਿਖਦਾ ਸੀ। ਫਿਰ ਮੈਂ ਜਦੋਂ ਕੁਲਦੀਪ ਮਾਨਕ ਮੇਰਾ ਦਿਮਾਗ 'ਚ ਆਇਆ ਵੀ ਮੈਂ ਹੁਣ ਕਿੱਸਾ ਕਾਵਿ ਲਿਖਾਂ। ਜੱਗਾ ਡਾਕੂ ਸ਼ਾਇਦ ਸੀ ਉਹ ਇੱਕ ਐਲਬਮ ਜਿਹੜੀ ਇੱਕ ਪਾਸੇ ਤਾਂ ਸੁਰਿੰਦਰ ਸ਼ਿੰਦਾ ਨੇ ਰਿਕਾਰਡ ਕਰਾਤੀ, ਦੂਜੇ ਪਾਸੇ ਕੁਲਦੀਪ ਮਾਨਕ ਨੇ ਰਿਕਾਰਡ ਕਰਾਤੀ। ਅਸੀਂ ਕਿਹਾ ਦੇਵ ਇਹ ਕੀ ਹੋ ਗਿਆ? ਕਹਿੰਦੇ ਯਾਰ ਦੋਵੇਂ ਲੈ ਗਏ ਸੀ, ਦੋਵਾਂ ਨੇ ਜਦੋਂ ਜਿੱਦੀ ਰਿਕਾਰਡ ਕਰਾ ਲਈ, ਹੁਣ ਮੈਂ ਕੀ ਕਰਾਂ? ਇਹ ਦੋਵੇਂ ਝੋਟੇ ਭਿੜੀ ਜਾਂਦੇ ਨੇ ਆਪਸ 'ਚ। ਪਰ ਮੈਨੂੰ ਇੰਨਾ ਜ਼ਰੂਰ ਯਾਦ ਹੈ ਕਿ ਹਰਦੇਵ ਦਲਗੀਰ ਸ਼ਾਹ ਇੱਕੋ ਇੱਕ ਗੀਤਕਾਰ ਆ ਜਿਸ ਦੇ ਕੋਲ ਧਰਤੀ ਦੀ ਜ਼ਬਾਨ ਹੈ। ਉਹ ਮੁਹਾਵਰਾ ਆ ਜਿਹੜਾ ਮੁਹਾਵਰਾ ਸ਼ਾਇਦ ਮਾਲਵੇ ਦੇ ਗੀਤਕਾਰਾਂ 'ਚੋਂ ਬਾਬੂ ਸਿੰਘ ਮਾਨ ਹੋਰਾਂ ਕੋਲ ਤਾਂ ਹੈ, ਬਾਕੀ ਬਹੁਤਿਆਂ ਕੋਲ ਸ਼ਾਇਦ ਨਹੀਂ ਹੈ। ਗੁਰਦੇਵ ਸਿੰਘ ਮਾਨ ਤੋਂ ਬਾਅਦ ਬਿਲਕੁਲ ਮੈਦਾਨ ਖਾਲੀ ਸੀ ਜਿਹੜਾ ਹਰਦੇਵ ਦਲਗੀਰ ਨੇ ਸੰਭਾਲਿਆ ਆ ਕੇ। ਬੜੇ ਲੋਕਾਂ ਦੇ ਗੀਤ ਸੁਣੀਦੇ ਨੇ, ਇੰਝ ਲੱਗਦਾ ਜਿਵੇਂ ਮਸ਼ੀਨ ਲਿਖ ਰਹੀ ਹੈ ਅਤੇ ਮਸ਼ੀਨ ਹੀ ਗਾ ਰਹੀ ਹੈ, ਪਰ ਦੇਵ ਦੇ ਗੀਤ ਸੁਣਦਿਆਂ ਲੱਗਦਾ ਕਿ ਧਰਤੀ ਬੋਲ ਰਹੀ ਹੈ, ਧਰਤੀ ਗਾ ਰਹੀ ਹੈ, ਧਰਤੀ ਪੁੱਤਰ ਗਾ ਰਹੇ ਨੇ। ਵਧੀਆ ਲਾਈਫ ਆ। ਦੂਜੀ ਗੱਲ ਇਹ ਹੈ ਵੀ ਨੌਵਾਂ ਦੁਨੀਆ 'ਤੇ ਜੇ ਕਿਤੇ ਜਾਈਦਾ, ਜੇ ਕੋਈ ਪੁੱਛਦਾ ਕਿਹੜਾ ਪਿੰਡ ਆ, ਤਰੀਕੇ ਦੇਵ ਤਰੀਕੇ, ਹਾਂਜੀ ਦੇਵ ਤਰੀਕੇ ਹੀ ਆ ਸਾਡਾ, ਐਂ ਕਹਿੰਦੇ ਹਾਂ ਅਸੀਂ ਹਰੇਕ ਨੂੰ ਕਹਿੰਦੇ ਹਾਂ ਵੀ ਉਹ ਕਿੱਥੇ ਕੁ ਨੇ, ਸਾਡੇ ਗੁਆਂਢ ਹੀ ਆ ਜੀ, ਕੋਲ ਹੀ ਆ, ਅਸੀਂ ਆਉਂਦੇ ਜਾਂਦੇ ਹਾਂ ਹਰ ਸੁਬਹਾ ਸ਼ਾਮ, ਮਿਲਦੇ ਹਾਂ ਇਹਨਾਂ ਨੂੰ, ਬੈਠ ਕੇ ਗੱਪਾਂ ਗੁੱਪਾਂ ਮਾਰਦੇ ਹਾਂ, ਟਾਈਮ ਹੁੰਦਾ ਉਹਨਾਂ ਕੋਲ ਵੀ ਸਾਡੇ ਕੋਲ ਵੀ, ਅਤੇ ਵਧੀਆ ਵਰਤਣ ਬੋਲਣਾ ਚੰਗਾ ਚਾਹੀਦਾ ਬੰਦੇ ਨੂੰ। ਪੰਜਾਬ ਦੇ ਵਿੱਚ ਮੇਰਾ ਬਹੁਤ ਮਾਣ ਸਨਮਾਨ ਹੋਇਆ, ਮੇਲਿਆਂ 'ਤੇ, ਟੂਰਨਾਮੈਂਟਾਂ 'ਤੇ, ਗਾਇਕਾਂ ਦੇ ਅਖਾੜਿਆਂ ਵਿੱਚ,
जिते भी मैं गया मैंने सम्मान दिता लोगों ने इज्जत बनी ये सब गीत लिखने करके हो मैं भी एक सधारण गीतकार हाँ तो जिंदगी दे विच दो मेरे जो सम्मान ने वो बहुत बड़े ने एक तो इंग्लैंड दे विच जिहड़ी मेरे नाम से सुसायटी बनाई हुई है देव श्री गैपरी सुसायटी जिहदा चेयरमैन सुखदेव अटवाल आ ते जिहदा सैकटरी विधिपुरी तारी तारी विधिपुरी आ उत्थे सुसायटी आ 15-20 मैंबर ने उस दे ते ओ जिहड़ा भी पंजाब चों गायक जांदा जां कबड्डी दा प्लेयर जांदा रागी जांदा कीर्तन जांदा ढाडी जांदा कविशर जांदे ने जां पाकिस्तान तो भी उत्थे जांदे ने पंजाबी दे गायक पंजाबी दे गाउण वाले कलाकार लेखक उन्हां विच इक है भी जो उन्हूं सन्मान करदे ने जिहड़ा चंगा लेखक आ चंगा गायक आ सुरताल वाला चंगा लिखारी आ कबड्डी दा चंगा प्लेयर आ उहदा सन्मान करदे ने उह सन्मान विच 1000 पाउंड दिंदे ने ये मेरे लिए बहुत वड्डी माण गल आ माण वाली गल आ भी उन्होंने मैनू भी 200 पाउंड पेंशन लाई हुई है हर महीने की तो मैनू जे मैं गीत ना लिख दिता मैंने पेंशन किने देनी सी मेरे नाम से की सोसायटी बननी सी पर मैं अपने आप नू बड़ा भागा वाला समझदा कि मेरे नाम से सोसायटी बनी आ पिछे जिहड़े मेरे कार खड़ी आ ये भी मैं जिंदगी समझदा भी मैनू मेरे मापिया ने कोई कार नहीं लैके दित्ती सी जे बापू नू कहिंदा हुंदा सी तो जवानी की कार जी होंगी आ खेडना जहा वो लैके मसाती मैं उन्हें पर मेरी जिंदगी दे मैं कोई पता नहीं मैं कार मिल जूगी जगमोहन कौर जी गायिका सी पोते का अस जन्मदिन मना रहे थे लुधियाने 1995 की गल आ उत्थे पंजाब विच पंजाब सरकार वालों सरदार बेअंत सिंह हुंदी सी ते गुरमीत सिंह उन्हां दे पीए सी गुरमीत सिंह मेरे पिंड रहिंदा सी ते जदों मैं सैकल ते जाना उन्हें कई वारी हस के कहना वी इत्थे चाचा तैनूं कार देवांगे साडी सरकार आ गई उदों सरकार आ गई सी ते फिर एक जदों जगमोहन कौर दे पोते दी लोहड़ी ते मैं गया उत्थे सारा पंजाब सरकार दे वजीर भी आए हुए अफसर भी आए हुए गाउण वाले गायक जो बंदे बहुत घट सी लुधियाने ते मैं भी गया ते गुरमीत सिंह भी उत्थे गया सी जदों मैं उत्थे कोई गीत गाउंदा सी कोई कविता सुना जो मेरी वारी आई कविता सुनाउण दी मैं कविता सुनाई गुरमीत सिंह ने उत्थे जाके स्टेज ते कहता बई असीं देव सीगियां वाले नूं गीतकारी दे तौर ते पंजाब सरकार नूं कार देवांगे मैं भुल भल गया भी कार किने देनी है एवं सियासी बंद गल्ला ही होंदियां ये हुंदा भी गल सच्ची आ पर गुरमीत ने वो गल पूरी करती जदों मैनू उन्हें फरवरी दे महीने दे विच मेरे पिंड मेला ला के पंजाब सरकार कड्डी दा ते मैनू कार दियां चाबियां दित्तियां मरूती दियां ये मेरे पिछे खड़ी आ इहदे बारे इक हास होणी गल आ बई मैनू कार चलाउणी बिल्कुल नहीं आउंदी सी इस कार नूं उदण हरदीप सिंह ढिल्लों इत्थे SSP हुंदा सी उह ड्राइव करके मेरे घर छड के गया सी मैनूं नाल बिठा के ते बड़े माण वाली गल आ अज इक ADGP ने हरदीप सिंह ढिल्लों चंडीगढ़ रहिंदे ने उह छड गया सी ते मैं ये सोचदा हुंदा भी मैनूं कार चलाउणी नहीं आउंदी मैं अज तक चलाउणी सी मैं तां स्कूटर नहीं चलाउणा हुंदा मैं तां सैकल तुरदा फिरदा बंदा पर माण वाली गल आ भी कार खड़ी खड़ी बुढ़ी हो गई मेरे वांगू ते मैं चलाउणी नहीं सिखी ते मैं गुरमीत नूं हसया भी बेस जे मैनूं तेल दी लोड़ पए मैनूं कहिंदा चाचा जी तुहानूं तेल भी पा देंगे ये वड्डा मेरा लई भागां वाली आ सुगात कार जिहड़ी मेरे नाल ही इत्थे खड़ी रहूगी ते मैं जो चला गया फिर भी इत्थे खड़ू बेचण बुना सवाल नहीं मैनूं बहुत माण इस गल भी मेरा पंजाब सरकार वल्लों सम्मान किया गया अगे राही राह पुछदे हुण पुछदे शराब वाले ठेके इहदे च किन्नी समाजिक सच्चाई उसने बयानी है और कई कई गीत ऐसे ने जिहड़े गीत मैं समझना कि इतिहास का हिस्सा हो गए जिवें 40 पिंडां दी जमीन लुधियाणा खा गया वो ऐसा गीत है जिहड़ा मैनूं लगता है कि उस पीड़ नूं व्यक्त करता है उस पीड़ नूं बयान करता है जिहड़ी पीड़ उन्हां गवाचे पिंडां दी है जिहड़े शहरां दीआं कलोनियां दा हिस्सा हो जांदे ने ते अल्टीमेटली अपनी पछाण वी गुआ पैंदे आ मैनूं इस गल दा वी फखर है कि देव होरां नूं जे कदे असीं कोई आख्या कि इस सबजैक्ट ते गीत लिख के दिओ ਤਾਂ ਉਹਨਾਂ ਨੇ ਕਦੇ ਉਜਰ ਨਹੀਂ ਕੀਤਾ ਮੈਨੂੰ ਯਾਦ ਹੈ ਮੈਂ ਭਰੂਣ ਹੱਤਿਆ 'ਤੇ ਵਾਤਾਵਰਣ ਬਾਰੇ ਖੇਤੀਬਾੜੀ ਬਾਰੇ ਕਿਲਾਲੇਪੁਰ ਦੀਆਂ ਖੇਡਾਂ ਬਾਰੇ ਬੜੇ ਗੀਤ ਲਿਖਵਾਏ ਉਹਨਾਂ ਕੋਲੋਂ ਬੜੇ ਗੀਤ ਲਿਖਵਾਏ ਔਰ ਗਵਾਏ ਵੀ ਉਹਨਾਂ ਦੇ ਚਹੇਤੇ ਗਾਇਕਾਂ ਤੋਂ ਔਰ ਦੇਵ ਨੇ ਕਦੇ ਨਾਂਹ ਨਹੀਂ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਦੋਂ ਮੈਂ ਨੌਕਰੀ ਕਰਦਾ ਸੀ ਤਾਂ ਕਈ ਵਾਰੀ ਕਈ ਸਬਜੈਕਟਸ 'ਤੇ ਕਹਿਣਾ ਦੇਵ ਜੀ ਇਸ ਸਬਜੈਕਟ ਗੀਤ ਚਾਹੀਦਾ ਉਹਨਾਂ ਨੇ ਕਹਿਣਾ ਠੀਕ ਹੈ ਮੈਂ ਲਿਖਾਂਗਾ
ਅਤੇ ਬੜੇ ਥੋੜ੍ਹੇ ਲੋਕ ਜਾਣਦੇ ਨੇ ਕਿ ਉਹਨਾਂ ਦੇ ਉਸਤਾਦ ਗਿਆਨੀ ਹਰੀ ਸਿੰਘ ਦਿਲਵਰ ਜਿਹੜੇ ਲਲਤੋਂ ਵਾਲੇ ਸੀ ਔਰ ਜਿਹੜੇ ਉਹਨਾਂ ਦੇ ਸਕੂਲ ਦੇ ਅਧਿਆਪਕ ਸੀ ਉਹਨਾਂ ਨੇ ਉਹਨਾਂ ਨੂੰ ਗੀਤ ਲਿਖਣ ਦੀ ਪ੍ਰੇਰਣਾ ਦਿੱਤੀ ਗੀਤ ਲਿਖਣ ਤੋਂ ਪਹਿਲਾਂ ਕਹਾਣੀ ਲਿਖਣ ਦੀ ਪ੍ਰੇਰਣਾ ਦਿੱਤੀ ਔਰ ਜਦੋਂ ਗੀਤ ਲਿਖਣ ਵਾਲੇ ਰਾਹ ਤੁਰੇ ਤਾਂ ਉਹਨਾਂ ਨੂੰ ਇੱਕ ਗੀਤ ਨੇ ਪ੍ਰੇਰਣਾ ਕੀਤੀ ਇੰਦਰਜੀਤ ਹਸਨਪੁਰੀ ਦਾ ਗੀਤ ਸੀ ਸਾਧੂ ਹੁੰਦੇ ਰੱਬ ਵਰਗੇ ਕੁੰਡ ਕੱਢ ਕੇ ਖੈਰ ਨਾ ਪਾਈਏ ਉਹ ਤੋਂ ਬਾਅਦ 'ਚ ਪਹਿਲਾ ਗੀਤ ਇਹਨਾਂ ਦਾ ਜਿਹੜਾ ਸੀ ਉਹ ਜਗਰਾਓਂ ਦੇ ਹੁੰਦੇ ਸੀ ਇੰਦਰਜੀਤ ਸ਼ਰਮਾ ਉਹਨਾਂ ਦੀ ਆਵਾਜ਼ 'ਚ ਰਿਕਾਰਡ ਹੋਇਆ ਫਿਰ ਪ੍ਰੇਮ ਸ਼ਰਮਾ ਦੀ ਆਵਾਜ਼ 'ਚ ਰਿਕਾਰਡ ਹੋਏ ਅਤੇ ਫਿਰ ਤਾਂ ਚੱਲ ਸੋ ਚੱਲ ਨਰਿੰਦਰ ਬੀਬਾ ਜੀ ਨੇ ਬੜੇ ਗੀਤ ਰਿਕਾਰਡ ਕਰਾਏ ਫਿਰ ਰੱਬ ਤੁਹਾਡਾ ਪਲਾ ਕਰੇ ਜਗਮੋਹਨ ਕੌਰ ਨੇ ਕਰਵਾਏ ਫਿਰ ਹਰਚਰਨ ਗਰੇਵਾਲ ਨੇ ਕਰਮਜੀਤ ਧੂਰੀ ਨੇ ਤਾਂ ਪਤਾ ਨਹੀਂ ਕਿੰਨੇ ਕੁ ਗੀਤ ਕਰਵਾਏ ਮੈਨੂੰ ਯਾਦ ਆਉਂਦਾ ਗੀਤ ਇੱਕ ਹੁਕਮ ਤਹਿਸੀਲ ਨੂੰ ਆ ਗਿਆ ਘੁੰਡ ਕੱਢ ਕੇ ਫਿਰ ਇਹਨਾਂ ਕੋਈ ਛੜਿਆਂ ਨੇ ਦਿੱਤੀ ਅਰਜ਼ੀ ਚੰਡੀਗੜ੍ਹੋਂ ਮਨਜ਼ੂਰ ਅੱਜ ਹੋਈ ਮਤਲਬ ਇੱਕ ਚੁਲਬਲੇ ਗੀਤ ਵੀ ਬੜੇ ਬੜੇ ਕਮਾਲ ਦੇ ਦੇਵ ਨੇ ਲਿਖੇ ਜਾਂ ਚੜ੍ਹਦੇ ਚੇਤਰ ਗਿਆ ਨੌਕਰੀ ਆਇਆ ਮਹੀਨਾ ਜੇਠ ਵੇ ਤੂੰ ਨੌਕਰ ਕਾਹਦਾ ਘੋੜਾ ਨਾ ਤੇਰੇ ਕੋਈ ਹੇਠ ਵੇ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲੇ ਜਦੋਂ ਉਹਨੇ ਲਿਖਿਆ ਸੀ ਸੱਚ ਜਾਣੇ ਧਰਤੀ ਦੀਆਂ ਕੁੱਲ ਮਾਵਾਂ ਨੇ ਉਸ ਦਿਨ ਉਹਦੇ ਸਿਰ ਦੇ ਉੱਤੇ ਹੱਥ ਰੱਖਣ ਦਾ ਅਹਿਦ ਕੀਤਾ ਸੀ ਮੇਰਾ ਖਿਆਲ ਹੈ ਕਿ ਉਹੀ ਗੀਤ ਇੱਕ ਐਸਾ ਗੀਤ ਹੈ ਜਿਹਨੇ ਕੁਲਦੀਪ ਮਾਣਕ ਨੂੰ ਰਿਸਪੈਕਟੇਬਿਲਿਟੀ ਦਾ ਸਿਖਰ ਦਿੱਤਾ ਔਰ ਜਿੰਨੀਆਂ ਵੀ ਕਲੀਆਂ ਉਸਨੇ ਲਿਖੀਆਂ ਤੇਰੇ ਟੇਲੇ ਤੋਂ ਸੂਰਦੇਨ ਦੀ ਹੀਰ ਦੀ ਔਰ ਵੇਖ ਗੋਰ ਖੌੜਦੀ ਆ ਫੁਲਕਾਰੀ ਬੜੇ ਗੀਤ ਹੋਰ ਹਰਦੇਵ ਦਲਗੀਰ ਦੇ ਗੀਤ ਉਹਦੇ ਸ਼ਬਦ ਮੇਰੀ ਧਰਤੀ ਦੀ ਜ਼ੀਨਤ ਨੇ ਸ਼ਕਤੀ ਨੇ ਤਾਕਤ ਨੇ ਔਰ ਉਸ ਨੂੰ ਮਾਨਣਾ ਜਾਣਨਾ ਸਾਡਾ ਇੱਕ ਇਖਲਾਕੀ ਫਰਜ਼ ਹੈ ਜਿਸ ਨੂੰ ਨਿਭਾਉਣ ਵਾਸਤੇ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਪੰਜਾਬੀ ਭਾਈਚਾਰੇ ਦੇ ਵਿਸ਼ਵ 'ਚ ਵਸਦਾ ਜਗਬਾਣੀ ਟੀ ਵੀ ਰਾਹੀਂ ਜਗਬਾਣੀ ਰੇਡੀਓ ਰਾਹੀਂ ਜਗਬਾਣੀ ਅਖਬਾਰ ਰਾਹੀਂ ਇਸ ਦਾ ਸੁਨੇਹਾ ਦਿੰਦਾ ਕਿ ਦੋਸਤੋ ਹਰਦੇਵ ਦਿਲਗੀਰ ਵਰਗਿਆਂ ਦੀ ਕਦਰ ਕਰਨ ਦਾ ਮਤਲਬ ਹੈ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਆਪਣੀ ਜ਼ੁਬਾਨ ਦੀ ਕਦਰ ਕਰਨੀ ਆਪਣੇ ਰਹਿਤਲ ਦੀ ਆਪਣੇ ਸੱਭਿਆਚਾਰ ਦੀ ਆਪਣੇ ਕਲਚਰ ਦੀ ਤਹਿਜ਼ੀਬ ਦੀ ਕਦਰ ਕਰਨੀ ਸੋ ਮੈਂ ਹਰਦੇਵ ਦਿਲਗੀਰ ਨੂੰ ਸਲਾਮ ਆਖਦਾ ਉਮਰ ਦੇ ਇਸ ਪੜਾਅ ਤੇ ਆ ਕੇ ਵੀ ਦੇਵ ਤਰੀਕਿਆਂ ਵਾਲੇ ਆਪਣੀ ਜ਼ਿੰਦਗੀ ਨੂੰ ਪੂਰੀ ਜ਼ਿੰਦਾ ਦਿਲੀ ਦੇ ਨਾਲ ਜੀ ਰਹੇ ਹਨ ਸਮੇਂ ਦੀਆਂ ਮਾਰਾਂ ਕਹਿ ਲਓ ਜਾਂ ਫਿਰ ਕਾਦਰ ਦੀ ਮਰਜ਼ੀ ਦੇਵ ਹੁਣਾਂ ਦੇ ਨਾਲ ਵਾਪਰੀਆਂ ਅਣਹੋਣੀਆਂ ਨੇ ਕਈ ਰੁੱਤਾਂ ਨੂੰ ਇਸ ਘਰ ਦੀਆਂ ਬਰੂਹਾਂ ਤੋਂ ਹੀ ਵਾਪਸ ਮੋੜ ਦਿੱਤਾ ਜਵਾਨ ਪੁੱਤ ਦਾ ਦੁਨੀਆਂ ਤੋਂ ਤੁਰ ਜਾਣਾ ਇੱਕ ਨੂੰਹ ਦਾ ਪੋਤੇ ਪੋਤੀਆਂ ਦੇ ਸਿਰ ਤੋਂ ਸਾਇਆ ਉੱਠ ਜਾਣਾ ਪੁੱਤਾਂ ਵਰਗੇ ਯਾਰ ਕੁਲਦੀਪ ਮਾਣਕ ਦਾ ਵਿਯੋਗ ਤੇ ਕੁਝ ਮਹੀਨਿਆਂ ਪਹਿਲਾਂ ਹੀ ਪਏ ਜੀਵਨ ਸਾਥਣ ਪ੍ਰੀਤਮ ਕੌਰ ਦੇ ਵਿਛੋੜੇ ਨੇ ਦੇਵ ਤਰੀਕੇ ਵਾਲਿਆਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਬਾਪੂ ਜੀ ਕਈ ਚਾਹ ਤੁਸੀਂ ਆਪਣੀ ਜ਼ਿੰਦਗੀ 'ਚ ਪੂਰੇ ਕੀਤੇ ਹੋਣਗੇ ਅਤੇ ਕੋਈ ਰਹਿ ਗਿਆ ਬਾਕੀ ਤੁਸੀਂ ਚਾਹੁੰਦੇ ਕਿ ਹਾਂ ਮੇਰੀ ਆਹ ਦਿਲ ਦੀ ਇੱਛਾ ਰਹਿ ਗਈ ਮੈਂ ਕਰਨੀ ਹੈ ਪੂਰੀ ਦੇਖੋ ਜ਼ਿੰਦਗੀ ਦੀਆਂ ਇਛਾਵਾਂ ਤਾਂ ਪੂਰੀਆਂ ਹੁੰਦੀਆਂ ਨਹੀਂ ਹੈਗੀਆਂ ਕਿਉਂਕਿ ਹੁਣ ਮੈਂ 80ਵੇਂ ਵਾਰੀ ਚੁਣਨ ਲੱਗਿਆ ਇਸ ਮੌਕੇ ਹੁਣ ਮੇਰੇ ਮਨ ਦੀ ਇੱਕੋ ਇੱਛਾ ਵੀ ਜਾਂਦਾ ਜਾਂਦਾ ਕੁਛ ਕਰ ਦੇਣਾ ਵੱਡੀ ਇੱਛਾ ਵਾ ਬਈ ਇੱਕ ਤਾਂ ਮੈਂ ਦੋ ਚਾਰ ਲਾਈਨਾਂ ਲਿਖੀਆਂ ਨੇ ਹੁਣ ਤਾਂ ਮੇਰੇ ਮਨ ਦਾ ਪੰਛੀ ਨਵੀਂ ਡਾਨ ਭਰੇ ਐਸਾ ਗੀਤ ਲਿਖਾਂ ਜੋ ਜਾ ਕੇ ਮੈਨੂੰ ਅਮਰ ਕਰੇ ਮੈਂ ਚਾਹੁੰਦਾ ਕੋਈ ਗੀਤ ਇਹੋ ਜਿਹਾ ਲਿਖ ਜਾਂਦੀ ਵਾਰੀ ਜਿਹਦਾ ਮੇਰਾ ਨਾਂ ਅਮਰ ਹੋ ਜਾਵੇ ਅਤੇ ਦੂਜੀ ਮੇਰੀ ਇੱਛਾ ਇਹ ਆ ਵੀ ਮੈਂ ਦੇਖੋ ਚਾਹੁੰਦਾ ਪੂਰੀ ਵੀ ਹੋ ਜਾਵੇ ਰੱਬ ਦੇ ਹੱਥਾਂ ਵੀ ਮੈਂ ਆਪਣੀ ਸਵੈ ਜੀਵਨੀ ਲਿਖਦਾ ਤਾਂ ਕਿ ਪੰਜਾਬ ਦੇ ਆਉਣ ਵਾਲੇ ਬੱਚਿਆਂ ਨੂੰ ਲੋਕਾਂ ਨੂੰ ਪੜ੍ਹ ਕੇ ਪਤਾ ਲੱਗ ਜਾਵੇ ਦੇਵ ਦਾ ਜੀਵਨ ਕਿਹੋ ਜਿਹਾ ਸੀ ਦੇਵ ਤਰੀਕਿਆਂ ਵਾਲਾ ਨਾਂ ਤਾਂ ਜਾਣਦੇ ਲੋਕ ਉਹ ਉਹਨਾਂ ਨੂੰ ਇਹ ਹੀ ਪਤਾ ਲੱਗ ਜਾਵੇ ਜਿਉਂਆਂ ਕਿਵੇਂ ਆ ਕਿਹੜੇ ਢੰਗ ਨਾਲ ਜ਼ਿੰਦਗੀ ਕੱਟ ਕੇ ਗਿਆ ਜਾਣਾ ਤਾਂ ਹਰੇਕ ਨੇ ਆ ਹੁਣ ਤਾਂ ਮੈਂ ਵੀ ਮੋਢੇ 'ਤੇ ਪੂਰੀ ਰੱਖੀ ਹੋਈ ਆ ਹੱਥ ਸੋਟੀ ਫੜ ਲਈ ਜਾਣ ਵਾਲ ਜਾਣ ਨੂੰ ਤਿਆਰ ਬੈਠਾ ਜਦੋਂ ਮੈਂ ਉਹਨੇ ਸੱਦਾ ਦੇ ਤਾ ਪਰ ਉਦੋਂ ਪਹਿਲਾਂ ਮੈਂ ਇਹ ਕੰਮ ਨਿਬੇੜਨਾ ਚਾਹੁੰਦਾ ਮੈਂ ਆਪਣੀ ਕਿਤਾਬ ਲਿਖਦਾ ਸਵੈ ਜੀਵਨੀ ਦੀ ਇਹ ਮੇਰੀ ਇੱਛਾ ਕੁਲਦੀਪ ਮਾਨਕ ਨੂੰ ਬਹੁਤ ਯਾਦ ਕਰਦਾ ਫਿਰ ਤੇ ਆਉਂਦਾ ਮੈਨੂੰ ਕੁਲਦੀਪ ਮਾਨਕ ਤਾਂ ਮੈਨੂੰ ਸੁਪਨਿਆਂ 'ਚ ਆ ਕੇ ਮਿਲ ਜਾਂਦਾ ਇਹ ਤਾਂ ਬਲੀਵ ਨਹੀਂ ਹੈਗਾ ਤੁਸੀਂ ਮਾਂ ਹੁੰਦੀ ਹੈ ਨਾ ਮਾਂ ਦੁਨੀਆ ਵਾਲਿਓ ਬਹੁਤ ਜ਼ਿਆਦਾ ਫੇਮਸ ਹੋਇਆ ਕੀ ਸੋਚ ਕੇ ਉਸਨੂੰ ਲਿਖਿਆ ਸੀਗਾ ਕਿ ਜਦੋਂ ਮੇਰੀ ਵੱਡੀ ਨੂੰ ਦੀ ਮੌਤ ਹੋਈ ਉਹਨਾਂ ਦਿਨਾਂ ਵਿੱਚ ਕੁਲਦੀਪ ਮਾਨਕ ਦੀ ਮਾਂ ਮਰ ਗਈ ਸੀ ਉਦੋਂ ਪਹਿਲਾਂ ਉਹ ਮੈਂ ਉਸ ਮੌਕੇ ਕੁਲਦੀਪ ਮਾਨਕ ਦੀ ਮਾਂ ਦੇ ਉੱਪਰ ਲਿਖੇ ਗੀਤ ਹੈ ਮੈਨੂੰ ਕਮਾਣਾ ਕਹਿੰਦਾ ਕਿ ਮਾਂ ਬਾਰੇ ਗੀਤ ਲਿਖ ਮੈਂ ਲਿਖਿਆ ਅਤੇ ਉਹਨੇ ਗਾਇਆ ਉਹ ਗੀਤ ਬੜਾ ਪਾਪੂਲਰ ਹੋਇਆ ਉਹਦੇ ਵਿੱਚ ਇੱਕ ਲਾਈਨ ਆਉਂਦੀ ਆ ਬੱਚਿਆਂ ਦੀ ਮਾਂ ਮਰੇ ਨਾ ਕੋਈ ਰੱਬਾ ਦੇਵ ਕਰੇ ਅਰਜੋਈ ਖੋਹ ਲੈਂਦੇ ਟੋਕਾਂ ਮਿਲੋ ਦੁਨੀਆ ਵਾਲੇ ਉਹ ਮੇਰੇ ਪੋਤੇ ਨਾਲ ਵਾਪਰ ਗਏ ਥੋੜ੍ਹੇ ਟਾਈਮ ਪਹਿਲੇ ਤੁਹਾਡੀ ਧਰਮ ਪਤਨੀ ਦਾ ਦੇਹਾਂਤ ਹੋਇਆ ਹੈ ਹਾਂ ਹਾਂ ਇੱਕ ਜੀਵਨ ਸਾਥੀ ਦਾ ਆਪਣੀ ਜ਼ਿੰਦਗੀ 'ਚ ਚੱਲ ਜਾਣਾ ਕਿੰਨਾ ਕੁ ਅੰਦਰੋਂ ਖੋਖਲਾ ਕਰ ਦਿੰਦਾ ਦੇਖੋ ਜਿਸ ਤਰ੍ਹਾਂ ਲੱਗੇ ਸੋ ਤਨ ਜਾਣੇ ਉਹਦੀ ਮੌਤ ਹੋਈ ਨੂੰ ਮੈਂ ਅੱਜ ਪਹਿਲੀ ਇੰਟਰਵਿਊ ਕਰ ਰਿਹਾ ਉਦੋਂ ਬਾਅਦ ਦੇ ਵਿੱਚ ਮੌਤ ਹੋਈ ਨੂੰ 18 ਜੁਲਾਈ ਨੂੰ ਮੌਤ ਹੋਈ 19 ਨੂੰ ਦਾਖਲ ਆਇਆ
ਅਤੇ 19 ਸਤੰਬਰ ਨੂੰ ਮੇਰਾ ਜਨਮਦਿਨ ਸੀਗਾ। 19 ਨੂੰ ਦਾਖਲਾ ਦਾ 2 ਮਹੀਨੇ ਬਾਅਦ ਮੇਰਾ ਜਨਮਦਿਨ ਸੀ। ਮੈਂ ਤਾਂ ਜਨਮਦਿਨ ਮੈਨੂੰ ਆਇਆ, ਮੈਨੂੰ ਦੁੱਖ ਉੜਾਇਆ ਉਹਦੇ ਜਾਣ ਦਾ, ਕਿਉਂਕਿ ਟੁੱਟ ਜਾਂਦਾ ਬੰਦਾ। ਮੇਰਾ ਜੀਵਨ ਦੀ ਜੇ ਮੈਂ ਸੋਚਦਾ, ਹੁਣ ਵੀ ਸੋਚਦਾ, ਅੱਗੇ ਵੀ ਕਹਿੰਦਾ ਸੀ ਗੱਲ ਵੀ ਜੇ ਕਿਤੇ ਮੇਰੀ ਪਿੱਠ 'ਤੇ ਮੇਰੇ ਘਰ ਵਾਲੀ ਪੀਤੋ ਦਾ ਹੱਥ ਨਾ ਹੁੰਦਾ, ਮੈਂ ਦੇਵ ਸਿੰਘ ਵਾਲੀ ਬਣਨਾ ਸੀ। ਕਿਉਂ? ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਹਿੱਸਾ ਉਹਦਾ, ਮੇਰੇ ਬੱਚਿਆਂ ਨੂੰ ਸਾਂਭਦੀ ਸੀ, ਉਹਨੇ ਰੋਟੀ ਪਕਾਉਂਦੀ, ਪੜ੍ਹਾਇਆ ਉਹਨਾਂ ਨੂੰ, ਉਹਨਾਂ ਪਾਲਿਆ ਉਹਨੇ, ਮੈਨੂੰ ਆਇਆ ਗਿਆ ਨੂੰ ਵੇਲੇ ਕੇ ਵੇਲੇ ਆਵਾਂ, ਜਿਹੜੇ ਮੇਰੀ ਮਰਜ਼ੀ ਆਵਾਂ, ਕਦੇ ਮੱਥੇ ਵੱਟ ਨਹੀਂ ਆਇਆ ਸੀ। ਜਿਹੜਾ ਮੇਰੇ ਘਰ 'ਚ ਆਉਂਦਾ ਸੀ, ਹੁਣ ਤਾਂ ਮੈਂ ਸੋਚਦਾ ਵੀ ਮੈਂ ਚਾਹ ਬਣਾਵਾਂ, ਰੋਟੀ ਮੇਰੇ ਕੋਲ ਕੋਈ ਹੈ ਤਾਂ ਹੈ ਨਹੀਂ ਕੋਈ, ਅਤੇ ਅੱਗੇ ਔਰ ਮੈਨੂੰ ਫਿਕਰ ਹੀ ਨਹੀਂ ਸੀ। ਬਾਹਰ ਹੁੰਦਾ ਸੀ, ਕੋਈ ਆਉਂਦਾ ਸੀ, ਉਹ ਚਾਹ ਪਾਣੀ ਪੀ ਕੇ ਜਾਂਦਾ ਸੀ, ਰੋਟੀ ਵੇਲੇ ਰੋਟੀ ਮਿਲਦੀ ਸੀ। ਦੇਖੋ ਹੁਣ ਮੇਰਾ ਸਮਾਂ ਇਹ ਆ ਬਈ, ਮੇਰੀਆਂ ਗੱਲਾਂ ਦੇ ਵਿਚਾਰ ਰਹੀਆਂ, ਮੇਰਾ ਲਿਖਣ ਨੂੰ ਜੀ ਨਹੀਂ ਕਰਦਾ, ਗੱਲਾਂ ਕਰਨ ਨੂੰ ਜੀ ਕਰਦਾ, ਅਤੇ ਮੈਂ ਬੜਾ ਅਜੇ ਮੈਂ ਉਸ ਦੁੱਖ ਦੇ ਵਿੱਚੋਂ ਲੰਘ ਰਿਹਾ, ਅਤੇ ਇਹ ਦੁੱਖ ਮੇਰਾ ਮਰਦ ਦਮ ਜਾਣਾ, ਕਿਉਂਕਿ ਸਾਥੀ ਦਾ ਵਿਛੋੜਾ ਸਹਿਣਾ ਬੜਾ ਔਖਾ। ਮੇਰੇ ਹੱਥ 'ਚੋਂ ਜੇ ਹੁਣ ਦੇਖਿਆ ਜਾਵੇ, ਅਜੇ ਕਲਮ ਮੇਰੇ ਤੋਂ ਚੱਲਦੀ ਨਹੀਂ, ਮੈਂ ਕੋਈ ਗੀਤ ਨਹੀਂ ਲਿਖ ਰਿਹਾ, ਕੁਛ ਨਹੀਂ ਲਿਖ ਰਿਹਾ, ਜੀ ਨਹੀਂ ਕਰਦਾ, ਟੁੱਟ ਗਿਆ। ਹੋ ਸਕਦਾ ਦੋਸਤ ਮਿੱਤਰ ਹੌਸਲਾ ਦਿੰਦੇ ਨੇ, ਫਿਕਰ ਨਾ ਕਰ। ਦੇਖੋ ਹੁਣ ਇੱਕ ਜਿਹੜਾ ਸਾਥੀ ਦਾ ਵਿਛੜਨਾ ਵਡੇਪੇ ਵਿੱਚ ਆ ਕੇ, ਇੱਕ ਘੁਣ ਵਾਂਗੂ ਬਿਮਾਰੀ ਆ, ਮੈਨੂੰ ਘੁਣ ਲੱਗ ਗਿਆ। ਤੁਸੀਂ ਇੰਝ ਗੱਲਾਂ ਨਾ ਛੱਡੋ ਮੇਰੇ ਨਾਲ, ਕਿਉਂਕਿ ਇਹ ਮੇਰਾ ਜਿਹੜਾ ਜ਼ਖਮ ਅਤੇ ਖਰੀਂਡਾ ਹੈ ਉਹ ਚੜਦਾ ਹੁਣ, ਬਾਕੀ ਪਰਮਾਤਮਾ ਦੇ ਪਾਸੇ ਹੋ ਰਿਹਾ। ਸ੍ਰਿਸ਼ਟੀ ਆ, ਚਾਹੁੰਦੇ ਆ, ਲੋਕ ਆਈ ਜਾਂਦੇ, ਜਾਂਦੇ ਆਈ ਜਾਂਦੇ ਆ, ਰਹਿਣਾ ਕਿਸੇ ਮੌਕੇ ਮਹਿਮ ਨਹੀਂ, ਮਹਿਮ ਚਲਿਆ।